ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਹੈ ਜਨਾਬ ਤੁਸੀਂ ਸਾਰੇ ਠੀਕ ਠਾਕ ਹੋ ਸੋ ਅਤੇ ਫਿੱਟ ਫਾਟ ਹੋ ਸੋ। ਅੱਛਾ ਜੀ, ਅਲਹਮਦੁਲਿਲਾ ਜਨਾਬ, ਮੈਂ ਬੈਠੇ ਹਾਂ, ਦੇਖ ਰਹੇ ਹੋ ਇਹਨੂੰ ਬਲਾਕ ਹੀ ਕਹਿੰਦੇ ਪੰਜਾਬੀ, ਅਸੀਂ ਬਲਾਕ ਹੀ ਕਹਿ ਦਿੰਦੇ, ਸ਼ਾਇਦ ਕੋਈ ਹੋਰ ਹੀ ਨਾ ਹੋਵੇ। ਅਤੇ ਟਾਈਮ ਹੋ ਗਿਆ ਜਨਾਬ 4:32, ਤਕਰੀਬਨ ਅਸਰ ਦਾ ਟਾਈਮ ਹੋਣ ਵਾਲਾ। ਔਰ ਇੱਧਰ ਦੇਖ ਰਹੇ ਹੋ ਤੁਸੀਂ ਗੱਡੀਆਂ, ਤੁਹਾਨੂੰ ਸਾਰੀਆਂ ਨਜ਼ਰ ਆ ਰਹੀਆਂ, ਨਹੀਂ ਇੱਕ ਕੰਪਨੀ ਦੀਆਂ ਗੱਡੀਆਂ। ਅੱਜ ਮੈਂ ਤੁਹਾਨੂੰ ਦੱਸਾਂਗਾ ਜਨਾਬ ਮੈਂ ਸਾਊਦੀ ਅਰਬ 'ਚ ਕੰਮ ਕੀ ਕਰਨਾ। ਇਹ ਮੈਂ ਡਰਾਈਵਰੀ ਕਰਨਾ, ਅਤੇ ਇਹ 4-5 ਗੱਡੀਆਂ ਖੱਲੀਆਂ, ਹੋਰ ਵੀ ਹੈ ਤਕਰੀਬਨ 15-16 ਗੱਡੀਆਂ ਟੋਟਲ। ਅਤੇ ਗੱਲ ਕਰਨ ਦਾ ਮਕਸਦ ਇਹ ਹੈ ਜਨਾਬ ਕਿ ਜੋ ਬੰਦਾ ਰਿਐਲਿਟੀ ਹੋਵੇ ਨਾ ਬੰਦੇ ਨੂੰ ਉਹ ਹੀ ਦਿਖਾਉਣਾ ਚਾਹੀਦਾ। ਅਤੇ ਇਹ ਮੈਂ ਜਿਹੜੀ ਵੀਡੀਓ ਬਣਾਉਣਾ, ਹੋਰ ਵੀ ਜਿੰਨੇ ਬੰਦੇ ਵੀਡੀਓ ਬਣਾਉਣੇ, ਅਤੇ ਜੋ ਤੁਹਾਡੇ 'ਚ ਰਿਐਲਿਟੀ ਹੈ ਨਾ ਤੁਸੀਂ ਉਹ ਹੀ ਦਿਖਾਇਆ ਕਰੋ। ਇੱਕ ਮਿਸਾਲ ਹੈ, ਮੈਂ ਤੁਹਾਨੂੰ ਕਹਿ ਦਿੰਦਾ ਜੀ ਇਹ ਹੁਣ ਗੱਡੀ ਇੱਕ ਇਹ ਖੱਲੀ, ਮੈਂ ਤੁਹਾਨੂੰ ਕਹਿ ਦਿੰਦਾ ਜੀ ਇਹ ਗੱਡੀ ਮੇਰੀ ਹੈ, ਤੁਹਾਨੂੰ ਮਹੀਨੇ ਬਾਅਦ 6 ਮਹੀਨੇ ਬਾਅਦ ਬੰਦੇ ਨੂੰ ਪਤਾ ਤਾਂ ਲੱਗ ਜਾਂਦਾ, ਤੁਹਾਨੂੰ ਪਤਾ ਲੱਗਦਾ ਜੀ ਗੱਡੀ ਕੰਪਨੀ ਦੀ ਹੈ। ਤੁਸੀਂ ਦੁਬਾਰਾ ਜਦੋਂ ਮੈਂ ਵੀਡੀਓ ਅਪਲੋਡ ਕਰਨੀ ਹੈ ਤੁਹਾਡੇ ਅੱਗੇ ਆਉਣੀ ਹੈ, ਤੁਸੀਂ ਵੀਡੀਓ ਜਨਾਬ ਕੋ ਨਹੀਂ ਦੇਖਣੀ, ਤੁਸੀਂ ਕਹਿਣਾ ਯਾਰ ਇਹ ਬੰਦਾ ਝੂਠ ਮਾਰਦਾ। ਅਤੇ ਲਿਹਾਜ਼ਾ ਜੋ ਬੰਦੇ ਰਿਐਲਿਟੀ ਹੋਵੇ ਨਾ ਬੰਦੇ ਨੂੰ ਉਹ ਹੀ ਦਿਖਾਉਣੀ ਚਾਹੀਦੀ, ਅਤੇ ਤਾਂ ਕਿ ਤੁਸੀਂ ਜਿਹੜੀ ਵੀਡੀਓ ਬਣਾਉਂਦੇ ਨਾ ਲੋਕ ਵੇਖਣ ਅਤੇ ਉਹ ਖੁਸ਼ ਹੋਣ, ਤਾਂ ਕਿ ਦੁਬਾਰਾ ਤੁਹਾਡੀ ਵੀਡੀਓ ਬੰਦਿਆਂ ਅੱਗੇ ਜਾਵੇ, ਤੋ ਦੇਖਣ ਜਿਹੜੀ ਵੀ 5 ਮਿੰਟ ਦੀ ਹੈ 6 ਮਿੰਟ ਦੀ ਉਹ ਦੇਖਣ, ਉਹਨਾਂ ਨੂੰ ਪਤਾ ਲੱਗੇ ਵੀ ਬੰਦੇ ਝੂਠ ਨਹੀਂ ਮਾਰਦਾ। ਝੂਠ ਤੁਹਾਡੀ ਇੱਕ ਦਫ਼ਾ ਮਾਰੋਗੇ, ਦੋ ਦਫ਼ਾ ਜਦੋਂ ਫੜਿਆ ਜਾਣਾ, ਅਗਰ ਤੁਸੀਂ ਲੌਂਗ ਟਾਈਮ ਤਾਈਂ ਕੰਮ ਕਰਦੇ ਨਾ ਕਿਸੇ ਵੀ ਸੋਸ਼ਲ ਮੀਡੀਆ 'ਤੇ, ਫੇਸਬੁੱਕ ਹੋ ਗਿਆ, ਯੂਟਿਊਬ ਹੈ, ਟਿਕਟੋਕ, ਤਾਂ ਹਮੇਸ਼ਾ ਸੱਚ ਬੋਲੋ, ਝੂਠ ਨਹੀਂ ਬੋਲਣਾ। ਮੈਂ ਜਨਾਬ ਸਾਊਦੀ ਅਰਬ ਆਇਆ ਸੀ ਤਕਰੀਬਨ 2018 ਦੇ ਵਿੱਚ ਸਤੰਬਰ 'ਚ, 9 ਮਹੀਨੇ 'ਚ, ਅਤੇ ਹੁਣ ਜਾ ਰਿਹਾ ਜਨਾਬ 2024, ਤਕਰੀਬਨ 2-3 ਮਹੀਨਿਆਂ ਬਾਅਦ ਜਿਹੜਾ ਨਾ 6 ਸਾਲ ਹੋ ਜਾਣੇ। ਅਤੇ 6 ਸਾਲ ਦੇ ਵਿੱਚ ਇੱਕ ਦਫ਼ਾ ਮੈਂ ਛੁੱਟੀ ਗਿਆ ਸੀ 2021 'ਚ, ਅਤੇ ਜਦੋਂ ਮੈਂ ਆਇਆ ਸੀ ਨਾ ਉਦੋਂ ਮੈਂ ਕੰਮ ਵੀਜ਼ਾ ਜਿਹੜਾ ਮੇਰਾ ਲੇਬਰ ਦੀ, ਉਦੋਂ ਮੈਂ ਲੇਬਰ ਦਾ ਸਾਲ ਡੀਲ ਕਰਦਾ ਰਿਹਾ। ਲੇਬਰ ਦਾ ਤੁਹਾਨੂੰ ਮੈਂ ਤਾਂ ਉਹ ਜਿੱਧਰ ਮਰਜ਼ੀ ਕੰਪਨੀ ਜਨਾਬ ਲਾ ਦੇਵੇ ਉਹ ਬੰਦੇ ਨੂੰ ਨਾ ਕੰਮ ਕਰਨਾ ਪੈਂਦਾ। ਅਤੇ ਉਹਦੇ ਬਾਅਦ ਮੈਨੂੰ ਸ਼ੌਕ ਸੀ ਡਰਾਈਵਰੀ ਦਾ, ਲਾਇਸੈਂਸ ਬਣਵਾ ਲਿਆ, ਅਤੇ ਜਿਹੜਾ ਕੰਪਨੀ ਦੇ ਵਿੱਚ ਡਰਾਈਵਰ ਸੀ ਨਾ ਉਹ ਛੁੱਟੀ ਗਿਆ, ਤਾਂ ਜਨਾਬ ਉਹ ਵਾਪਸ ਹੀ ਨਹੀਂ ਆਇਆ। ਅਤੇ ਬਾਅਦ 'ਚ ਨਾ ਮੈਨੂੰ ਕੰਪਨੀ ਇੱਥੇ ਜਿਹੜੇ ਮੁਦੀਰ ਆਇਆ ਸੀ ਅਫਸਰ, ਯਾਨੀ ਕਿ ਉਹਨੇ ਕਿਹਾ ਜੀ ਤੁਸੀਂ ਗੱਡੀਆਂ ਚਲਾਓ। ਉਹਦੇ ਬਾਅਦ ਜਨਾਬ ਮੈਂ ਉਦੋਂ ਤੋਂ ਲੈ ਕੇ ਅੱਜ ਤਾਈਂ ਗੱਡੀ ਚਲਾ ਰਿਹਾ ਮਾਸ਼ਾਅੱਲਾ। ਇਹ ਦੇਖ ਰਹੋ 4-5 ਗੱਡੀਆਂ ਇਹ ਖੱਲੀਆਂ, ਇਹ ਇੱਕ ਬੱਸ ਖੱਲੀ ਹੈ ਇੱਧਰ, ਬਾਕੀ 3 ਉੱਧਰ ਹੈ, ਇੱਕ ਇੱਧਰ ਹੈ, ਹੋਰ ਵੀ ਗੱਡੀਆਂ ਹੈ ਜਿਹੜੇ ਸਾਡੇ ਅਫਸਰ ਚਲਾਉਂਦੇ ਮੁਦੀਰ। ਅਤੇ ਗੱਡੀਆਂ ਤੁਹਾਨੂੰ ਪਤਾ ਫਿਰ ਨੌਕਰੀ ਦੇ ਵਿੱਚ ਗੰਦੀਆਂ ਹੋਣ 'ਤੇ ਧੋਣੀਆਂ ਵੀ ਪੈਂਦੀਆਂ, ਮੈਂ ਜਿਹੜੀ ਖੁਦ ਚਲਾਉਂਦਾ ਉਹ ਵੀ ਧੋਣੀ ਪੈਂਦੀ ਹੈ, ਜਿਹੜੀਆਂ ਮੁਦੀਰਾਂ ਕੋਲੋਂ ਗੱਡੀਆਂ ਜਨਾਬ ਉਹ ਵੀ ਧੋਣੀਆਂ ਪੈਂਦੀਆਂ, ਸਾਰਾ ਕੁਝ ਕਰਨਾ ਪੈਂਦਾ। ਬਾਹਰ ਜਿਹੜਾ ਨੌਕਰੀ ਕਰਨ ਦਾ ਇਹ ਫਾਇਦਾ ਕਿ ਤੁਹਾਨੂੰ ਥੋੜ੍ਹਾ ਮੁਆਵਜ਼ਾ, ਸੈਲਰੀ ਜਿਹਨੂੰ ਕਹਿੰਦੇ, ਥੋੜ੍ਹਾ ਜ਼ਿਆਦਾ ਮਿਲ ਜਾਂਦਾ, ਤਾਂ ਪਾਕਿਸਤਾਨ ਇਹ ਥੋੜ੍ਹਾ ਘੱਟ ਮਿਲਦਾ, ਲੇਕਿਨ ਨੌਕਰੀ ਤਾਂ ਫਿਰ ਜਨਾਬ ਨੌਕਰੀ ਹੁੰਦੀ ਹੈ, ਤੁਹਾਨੂੰ ਪਤਾ ਉਹ ਕਰਨੀ ਪੈਂਦੀ ਹੈ। ਅਤੇ ਰਿਜ਼ਵ ਕਮਾਉਣਾ ਸੌਖਾ ਕੋਈ ਨਹੀਂ, ਔਖਾ। ਅਤੇ ਕਈ ਦਫ਼ਾ ਇਹ ਹੈ ਨੌਕਰੀ ਅੱਛੀ ਮਿਲ ਜਾਂਦੀ ਹੈ, ਸਾਡੀ ਅਲਹਮਦੁਲਿਲਾ ਅੱਛੀ ਨੌਕਰੀ ਹੈ, ਕੰਪਨੀ ਮਾਸ਼ਾਅੱਲਾ ਬਹੁਤ ਅੱਛੀ ਹੈ। ਇਹ ਪਿੱਛੇ ਆਪਣੀਆਂ ਰਸ਼ਾਂ, ਰੂਮ ਵੀ ਹੈ ਪਿੱਛੇ ਹੀ ਹੈ ਆਪਣਾ, ਏਸੀ ਲੱਗੀ ਹੈ, ਦੇਖ ਰਹੇ ਹੋ। ਤੁਹਾਨੂੰ ਮੈਂ ਰੂਮ ਆਪਣਾ ਦਿਖਾਇਆ ਸੀ, ਸ਼ਾਇਦ ਤੁਸੀਂ ਵੀਡੀਓ ਨਹੀਂ ਵੇਖੀ ਤਾਂ ਵੇਖ ਲਓ ਵੀਡੀਓ ਬਣੀ। ਅਤੇ ਮੈਂ ਖਾਸ ਛੋਟੀ ਜਿਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਕਿ ਮੈਂ ਜਨਾਬ ਸਾਊਦੀ ਅਰਬ ਕੀ ਕੰਮ ਕਰਨਾ। ਸਾਊਦੀ ਅਰਬ ਜਨਾਬ ਮੈਂ ਡਰਾਈਵਰੀ ਕਰਨਾ, ਸੈਲਰੀ ਜਿਹੜੀ ਹੈ ਉਹ ਵੀ ਮਾਸ਼ਾਅੱਲਾ ਬਹੁਤ ਅੱਛੀ ਹੈ। ਹੁਣ ਮੈਂ ਤੈਨੂੰ ਐਗਜ਼ੈਕਟ ਤਾਂ ਨਹੀਂ ਦੱਸ ਸਕਦਾ ਕਿਉਂਕਿ ਤੁਹਾਨੂੰ ਪਤਾ ਕਿ ਥੋੜ੍ਹੀ ਜਿਹੀ ਜਿਹੜੀ ਨਾ ਉਹ ਪ੍ਰਾਈਵੇਸੀ ਹੁੰਦੀ ਹੈ, ਅਤੇ ਲੇਕਿਨ ਬਹੁਤ ਅੱਛੀ ਹੈ ਮਾਸ਼ਾਅੱਲਾ। ਗੁਜ਼ਾਰਾ ਜਦੋਂ ਹੋ ਰਿਹਾ ਹੋਵੇ ਨਾ ਤਾਂ ਅਲਹਮਦੁਲਿਲਾ, ਉਹ ਅਲਹਮਦੁਲਿਲਾ ਬੰਦੇ ਨੂੰ ਕਹਿਣਾ ਚਾਹੀਦਾ। ਘਰ ਵੀ ਭੇਜੀਦਾ, ਕੋਲ ਵੀ ਰੱਖੀਦਾ, ਅਤੇ ਆਪ ਵੀ ਮਾਸ਼ਾਅੱਲਾ ਅੱਛਾ ਖਾਈਦਾ ਪਾਈਦਾ, ਅਤੇ ਅਲਹਮਦੁਲਿਲਾ ਜਨਾਬ ਮਾਸ਼ਾਅੱਲਾ ਗੁਜ਼ਾਰਾ ਬਿਹਤਰੀਨ ਹੋ ਰਿਹਾ। ਜਿਤਨੇ ਵੀ ਕੰਪਨੀ ਬੰਦੇ ਹਨ ਮਾਸ਼ਾਅੱਲਾ ਖੁਸ਼ ਨੇ ਕਿਉਂਕਿ ਕੰਪਨੀ ਅੱਛੀ ਹੈ, ਨੌਕਰੀ ਅੱਛੀ ਹੈ। ਅਤੇ ਇੱਧਰ ਸਾਰੀ ਇਹ ਬਿਲਡਿੰਗ ਬਣੀ ਹੈ, ਦੇਖ ਰਹੇ ਹੋ ਇਹ ਰਸ਼ਾਂ ਹੀ ਹੈ,
ਔਰ ਬਾਕੀ ਉੱਧਰ ਕੰਪਨੀ ਹੈ, ਉੱਧਰ ਕੁਛ ਏਰੀਏ ਜਨਾਬ ਐਸੇ ਨੇ ਕਿ ਤੁਹਾਨੂੰ ਨਾ ਦਿਖਾ ਸਕਣ, ਤੁਹਾਨੂੰ ਪਤਾ ਥੋੜ੍ਹੀ ਜਿਹੀ ਕੰਪਨੀ ਦੇ ਵੀ ਰੂਲ ਹੁੰਦੇ ਨੇ, ਅਤੇ ਇਹ ਜਿਹੜਾ ਛੋਟਾ ਮੋਟਾ ਇਹਨਾਂ ਦਾ ਕੋਈ ਨਹੀਂ ਬੰਦਾ ਦਿਖਾ ਦੇ, ਜਿਸ ਤਰ੍ਹਾਂ ਰੈਸ਼ ਹੋ ਗਈ ਔਰ ਕੰਪਨੀ ਦਾ ਕੁਛ ਸੀਕਰੇਟ ਚੀਜ਼ਾਂ ਉਹ ਵੀ ਤੁਸੀਂ ਨਹੀਂ ਦਿਖਾ ਸਕਦੇ, ਥੋੜ੍ਹੀ ਜਿਹੀ ਪ੍ਰਾਈਵੇਸੀ ਜਿਹੜੀ ਨਾ ਉਹ ਬੰਦੇ ਨੂੰ ਰੱਖਣੀ ਪੈਂਦੀ। ਅਤੇ ਇਹ ਗੱਡੀ ਹੈ ਇੱਕ, ਬਾਕੀ ਇੱਧਰ ਖਾਲੀ ਹੈ ਪਾਰਕਿੰਗ 'ਚ, ਕੁਝ ਜਿਹੜੀਆਂ ਗੱਡੀਆਂ ਉਹ ਆਫਿਸ ਇੱਧਰ ਨਾਲ ਆਫਿਸ ਬਣੇ ਉੱਧਰ ਖਾਲੀ, ਬਾਕੀ ਜਿਹੜੀਆਂ ਮੈਂ ਖੁਦ ਇਸਤੇਮਾਲ ਕਰਨਾ ਉਹ ਗੱਡੀਆਂ ਇੱਥੇ ਖਾਲੀ ਆਉਂਦੀਆਂ ਬਸ, ਕਿਉਂਕਿ ਪਿੱਛੇ ਆਪਣਾ ਕਮਰਾ ਅਤੇ ਮੈਂ ਇੱਥੇ ਹੀ ਜ਼ਿਆਦਾ ਖਿਲਾਉਂਦਾ। ਅਤੇ ਉਮੀਦ ਹੈ ਜਨਾਬ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਣੀ, ਤੁਸੀਂ ਫੀਡਬੈਕ ਲਾਜ਼ਮੀ ਦੇਣਾ ਕਿ ਵੀਡੀਓ ਕੈਸੀ ਬਣਾਈ, ਮਜ਼ੀਦ ਕੋਈ ਗਲਤੀ ਹੋਈ ਹੈ ਜਾਂ ਮੈਂ ਕੋਈ ਝੂਠ ਮਾਰਿਆ, ਮੈਨੂੰ ਨਹੀਂ ਲੱਗਦਾ ਮੈਂ ਝੂਠ ਮਾਰਿਆ, ਸੱਚ ਹੀ ਬੋਲੇ, ਅਤੇ ਜੇ ਕੋਈ ਝੂਠ ਮਾਰਿਆ ਜਾਂ ਕੋਈ ਗਲਤੀ ਹੋਈ ਤਾਂ ਮਾਜ਼ਰਤ, ਜਿੱਥੋਂ ਵੀਡੀਓ ਸਹੀ ਬਣੀ ਹੈ ਜਾਂ ਜਿੱਥੋਂ ਨਹੀਂ ਸਹੀ ਬਣੀ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ, ਤਾਂ ਕਿ ਦੁਬਾਰਾ ਆਪਣਾ ਬੰਦਾ ਉਹ ਗਲਤੀ ਠੀਕ ਕਰ ਸਕੇ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਜਿਹੜੀ ਨਾ ਤੁਹਾਨੂੰ ਮਿਲ ਸਕੇ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ। ਅਤੇ ਅਗਲੀ ਵੀਡੀਓ ਤਾਈਂ ਜਨਾਬ ਇਜਾਜ਼ਤ, ਅੱਲਾਹ ਹਾਫਿਜ਼।